ਸਤਿ ਸ਼੍ਰੀ ਅਕਾਲ ਜੀ, ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ। ਲੈ ਸੱਜਣੋ, ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਧੌਲਾ, ਤਹਿਸੀਲ ਤਪਾ, ਜ਼ਿਲ੍ਹਾ ਬਰਨਾਲਾ। ਬਾਈ ਚਮਕੌਰ ਕੋਲੇ ਪਹੁੰਚੇ ਹੋਏ ਹਾਂ। ਇੱਕ ਤਾਂ ਬੱਛੀ ਦਿਖਾਵਾਂਗੇ ਸੱਜਣੋ, HF ਅਤੇ ਜਰਸੀ ਦਾ ਕਰੋਸ ਹੈ, ਅਤੇ ਨਾਲ ਵੀ ਇਹਦੇ ਆਹ ਬੱਛੀ ਆ ਗਈ, ਐਂਡ ਕੁਆਲਿਟੀ ਕਹਿੰਦੇ ਨੇ ਜਿਹਨੂੰ, ਚੰਗੇ ਸੀਮਨ ਦੀ ਆ। ਅਤੇ ਦੋ ਹਰਿਆਣੇ ਦੀਆਂ ਝੋਟੀਆਂ ਦਿਖਾਵਾਂਗੇ, ਤਾਜ਼ੀਆਂ ਸੂਈਆਂ ਨੇ, ਬੋਲਾ ਥੱਲੇ ਇਸ ਟਾਈਮ ਇੱਕ ਝੋਟੀ ਥੱਲੇ, ਮੇਰਾ ਖਿਆਲ ਆ ਬੋਲਾ ਚੰਗਾ ਤਿਆਰੀ ਦਾ, ਅਤੇ ਕੱਦ ਵੇਢਾ ਐਂ ਸਮਝ ਲਓ ਵੀ ਛੋਟੇ ਹਾਥੀ ਵਾਲਾ ਸਿਸਟਮ ਹੀ ਆ। ਅਤੇ ਬਾਕੀ ਆ ਜੋ ਬਾਈ ਨਾਲ ਕਰਾਉਂਦੇ ਹਾਂ ਗੱਲਬਾਤ, ਇਕੱਲਾ ਇਕੱਲਾ ਜਾਨਵਰ ਖੋਲ੍ਹ ਕੇ ਤੋਰ ਕੇ ਦਿਖਾਵਾਂਗੇ, ਅਤੇ ਇਕੱਲੇ ਇਕੱਲੇ ਦਾ ਰੇਟ ਵੀ ਸੱਜਣੋ ਫਿਰ ਬਾਈ ਤੋਂ ਅੱਜ ਵੀਡੀਓ 'ਚ ਹੀ ਕਰਾ ਦਿਆਂਗੇ ਆਪਾਂ। ਲੈ ਆ ਜਾਓ ਬਾਈ ਨਾਲ ਕਰਾਉਂਦੇ ਹਾਂ ਗੱਲਬਾਤ, ਆ ਜਾਓ ਚਮਕੌਰ। ਬਾਈ ਜੀ ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਆਪਣੇ ਤਕੜਾ ਸਰੀਰ, ਵਧੀਆ ਪਰਮਾਤਮਾ ਦੀ ਕਿਰਪਾ, ਬਾਕੀ ਭਰਾਵਾਂ ਦੀ ਛੋਟਿਆਂ ਦੀ ਕਿਰਪਾ। ਇੱਕ ਗੱਲ ਹੋਰ ਦੱਸਦਾ ਨਾ, ਜਾਨਵਰ ਉਧਰਲੇ ਬੰਨੇ ਵੀ ਕਾਫੀ ਖੜੇ ਨੇ, ਕਹਿ ਰਹੀ ਇੱਧਰ ਦੀ ਜਾ ਕੇ ਨਾ ਉਧਰ ਵੀ ਮਾਰ ਦੇ। ਹਰਿਆਣੇ ਦੀਆਂ ਕੱਟੀਆਂ ਆਪਣੇ ਕੋਲ ਬਹੁਤ ਵਧੀਆ ਆਈਆਂ ਹੋਈਆਂ ਵੀਰੇ, 14-15 ਸੇਰੀਆਂ ਹਾਲੇ ਤਾਜ਼ੀਆਂ ਨੇ, ਮੈਂ ਕਾਹਨੂੰ ਪਾਉਣੀ ਹਾਲੇ। ਬਾਈ ਕਹਿੰਦਾ ਜਿਵੇਂ ਜਿਵੇਂ ਰੈਡੀ ਹੋਈ ਜਾਣਗੀਆਂ ਉਵੇਂ ਉਵੇਂ ਕਹਿੰਦਾ ਜਰਸੀਆਂ ਵੀ, ਇੱਕ 30 ਸੇਰੀ ਖੜੀ ਆਪਣੇ ਕੋਲੇ ਭਰਾ ਵਾਲੇ, ਆਪਾਂ ਪਾਉਣੀ ਨਹੀਂ ਵੀਡੀਓ ਦੇ। ਆ ਜਾ ਮੁੜਿਆ ਉਵੇਂ ਕਹਿੰਦਾ ਟਰਨ ਬਾਈ ਟਰਨ ਕਰਾਂਗੇ ਸਿਸਟਮ, ਤੇ ਹੁਣ ਇਧਰਲੇ ਬੰਨੇ ਲਿਆ, ਐਂ ਜੀ ਘੁਮਾ ਲਿਆ ਸਾਰੀਆਂ ਝੋਟੀਆਂ ਤੇ ਮਾਰ ਦੇ ਕੈਮਰਾ, ਤੇ ਸ਼ੁਰੂ ਮੇਰਾ ਖਿਆਲ ਆ ਇਧਰਲੇ ਬੰਨੇ ਕਰ ਲਾਂਗੇ ਜਰਸੀ ਆ ਵੀਰੇ, HF ਦੇ ਨਾਲ ਜਰਸੀ ਕਰਾਉਸ ਆ। ਠੰਡੀ ਦਾ ਬਈ, ਠੰਡੀ ਦਾ ਜਿਵੇਂ ਤੂੰ ਗੁਰ ਥੱਲੇ ਬੈਠਾ ਕੁਛ ਨਹੀਂ ਕਹਦੀ ਇਹ ਬਈ, ਥੱਲੇ ਆ ਆ ਲੈ ਆ ਸਿਸਟਮ, ਆਪ ਕਹਿੰਦਾ ਠੰਡੀ ਆ ਗਾ ਵਿੱਚ ਮਾਰ ਦੇ ਫੁੱਟ ਚੌੜਾ ਲੇਵਾ ਹੋਊਗਾ ਇਹਦਾ। ਲੈ ਕੀ ਗੱਲਬਾਤ ਹੈ ਇਹਦੀ, ਇਹਨੇ 23 ਕਿਲੋ ਦੁੱਧ ਕੱਢਿਆ ਮਾਗ ਨੇ, ਪਰ ਆਪਣੇ ਗੇਟੋ ਬਾਹਰ ਹੋਈ, ਆਪਣੀ ਗਰੰਟੀ ਨਹੀਂ ਹੈਗੀ ਭਰਾਵਾ। ਅੱਛਾ, ਕਹੋ ਆਪਾਂ ਸਾਹਾਂ ਵਾਲਾ ਵਪਾਰ ਕਰਦੇ ਹਾਂ ਭਰਾ ਮੇਰਾ, ਵਿੱਚ ਕਹਿ ਰਹੀ 26 ਕੱਢ ਦੋ, 27 ਕੱਢ ਦੋ, ਕੋਈ ਵਜ੍ਹਾ ਨਹੀਂ, ਮਾਲਕ ਨੇ 22-23 ਕਿਲੋ ਭਲੂਣਾ ਦੁੱਧ ਕੱਢਿਆ, ਬਾਕੀ ਲੇਵਾ ਗੁਰੂ ਜੀ ਲੇਵਾ ਗਵਾਹੀ ਭਰਦਾ ਗਾ ਇਹਦਾ। ਆਪ ਵਿੱਚ ਕਹਿੰਦੇ ਬਾਈ ਤੂੰ ਸਿਫਤ ਵਾਲੀ ਕਰਾਂ, ਮੈਂ ਸਿਫਤ ਬਣਦਾ ਕਿ ਨਾ ਬੱਸੀ ਦਾ ਬਣਦਾ। ਹਾਂ ਉਹ ਥਣਾ ਨੂੰ ਥੋੜੀ ਜਿਹੀ ਬਾਦੀ ਤੇ ਮਾੜੀ, ਫਿਰ ਭਲ ਪਾ ਜਾਂਦੀ ਭਰਾ, ਤਾਜ਼ੀ ਸੂਈ ਜਿਹੜੀ ਭਲ ਨਹੀਂ ਪਾਉਂਦੀ ਦੁੱਧ ਨਹੀਂ ਉਹ ਕੱਢਣਾ ਅਸਲ ਵੀਰੇ, ਜਿਹੜੀ ਬਾਦੀ ਪਾਊਗੀ ਉਹੀ ਸੂਆ ਦੂਜਾ ਵੀਰੇ, ਮੂੰਹੋਂ ਸਿੱਗੀ ਆ ਦੰਦ ਪੱਟ ਕੇ ਲੈ ਕੇ ਜਾਵੇ, ਮੂੰਹੋਂ 6 ਦੰਦ ਸੂਆ ਦੂਜਾ, ਤੇ ਹਵਾਨਾ ਜਿੱਡੀ ਆਪ ਆ ਉਦੂ ਵੀ ਵੱਡਾ। ਹਾਂ ਜਿੱਡਾ ਕਰਮ ਵਾਲੀ ਦੇ ਜਿੰਨੀ ਸਿਫਤ ਕਰਾਂਗਾ ਨਾ ਉਨੀ ਥੋੜੀ ਹੈ ਵੀਰੇ ਵੀਰੇ, ਨਾਲੇ ਟੁੱਟਮਾ ਲੇਵਾ ਨਹੀਂ ਆ ਜਮਾ ਆਰਡਰ ਆ, ਪੱਟਾਂ 'ਚ ਫਸਿਆ ਪਿਆ ਵੀਰੇ, ਇਹ ਠੋਕਮ ਆਰਡਰ ਆ, ਫਿਕਸ ਆਰਡਰ ਆ ਜਮਾ ਜਿਹੜਾ ਕਹਿੰਦੇ ਨੇ, ਤੇ ਥਣਾ ਦਾ ਆਪਸ ਦੇ ਵਿੱਚ ਗੈਪ ਸੀਲ ਠੰਡੀ ਦਾ, ਬਸ ਬਈ ਉਹੀ ਆ ਨਗੀਨ ਨਹੀਂ ਇੱਕ ਤਰ੍ਹਾਂ ਦਾ ਯਾਰ ਵੀਰੇ, ਐਂਡ ਗੱਲਬਾਤ ਜਮਾ ਐਂਡ ਵਾਲ ਬਖੜਾ ਮੜਾ, ਐਂਡ ਗੱਲਬਾਤ ਯਾਰ, ਲੈ ਚਲਾ ਇਹਨੂੰ, ਲੈ ਚਲਾ ਇੱਕ ਮਿੰਟ ਉਹ ਨਹੀਂ ਆਪਾਂ ਲਖਾ ਜੀ, ਲੈ ਲਾ ਮੜੀ ਲੈ, ਜਿਵੇਂ ਤਾਜ਼ੀ ਸੂਈ ਆ ਕੋਈ ਬੱਚੇ ਨੂੰ ਬਸਰੂ ਦਾ ਕੋਈ ਚੱਕਰ ਨਹੀਂ, ਸੂਈ ਕਦੋਂ ਐ ਤੜਕੇ ਸੂਈ ਆ ਵੀਰੇ, ਜੇਰ ਉੱਥੇ ਪਈ ਜੇਰ ਪਈਓ ਦਿਖਾਵਾਂਗੇ, ਲੈ ਜਾ ਵੀ ਦਿਖਾਵਾਂਗੇ ਜੇਰ ਵੀ ਡੰਨ ਵਾਲਾ ਤੋੜ ਦੇ ਗਿਆ ਨਹੀਂ ਇਹਨੂੰ, ਹਾਂ ਭਲਵਾਨ ਵਾਲਾ ਸਿਸਟਮ ਆ ਇਹ, ਜਿਵੇਂ ਕਹਿੰਦੇ ਨੇ ਮੈਂ ਫਸ ਕੇ ਤੁਰਦੀ ਆ, ਦੁੱਧਾ ਡਰਾਮਾ ਵੀਰੇ ਇਹ ਇੱਕ ਤਰ੍ਹਾਂ ਦਾ, ਦੁੱਧ ਜਿੱਡੀ ਆਪ ਉੱਡੀ ਆਡਰ ਹੈਗਾ ਬਾਕੀ ਨਾ, ਦੁੱਧ ਵੀ ਕਹਾ ਦੱਸ ਦੇ ਭਰਾ ਮੇਰੇ, ਹਾਈਟ ਵੱਡੀ ਆ ਕਿ ਛੋਟੀ ਆ, ਪੂਰੀ ਡਾਵਾ ਵਧੀਆ ਸਾਈਜ਼ ਆ, ਹਾਈਟ ਚੰਗੀ ਆ, ਘਮਾ ਲਿਆ ਗਿਆ ਨਹੀਂ, ਇੱਥੇ ਧੁੱਪ 'ਚ ਖੜਾ ਲਾ ਲਿਆ ਕੇ, ਧੁੱਪ 'ਚ ਸਾਫ਼ ਜੀ ਬਣੂ ਵੀਡੀਓ, ਜਰਸੀ ਤੇ HF ਦਾ ਆ ਗਿਆ ਕਰੋਸ ਹੈ ਨਾ, ਹਾਂ ਇੱਥੋਂ ਖੜਨੀ ਖੁੜਨੀ ਵੀ ਦਿਖਾ ਦੇ, ਕੰਨ ਕੁੰਨ ਵੀ ਛੋਟਾ ਆ ਗਿਆ ਬਿਲਕੁਲ, ਤੇ ਬਾਈ ਜਿੰਨੀ ਠੰਡੀ ਦੇਖੀ ਲੈ, ਹਾਂ ਠੰਡੀ ਸੀਲ ਵੀ ਆ ਗਈ, ਸੂਆ ਹੈਗੀ ਆ ਦੂਜਾ, ਤੇ ਦੰਦਾਂ 'ਚ ਹੈਗੀ ਆ ਪਿਓਰ 6 ਦੰਦ, ਹਾਂ ਮਗਰ ਵੀ ਬੱਸੀ ਆ ਪਰ ਆਪ ਵੀ ਬੱਸੀ ਆ ਵੀਰੇ, ਬੱਛੀ ਕਿਹੜੇ ਸੀਮਨ ਦੀ ਆ, ਬੱਸੀ ਚੰਗੇ ਸੀਮਨ ਦੀ ਦੱਸੇ ਜਣੇ, ਪਰ ਮੈਂ ਪੁੱਛ ਕੇ ਸੁਣੇ ਅੰਗਲੇ 'ਚ ਬਾਬਾ ਕੋਲ ਜਾ ਕਹਿੰਦਾ ਜੀ, ਉਹਨਾਂ ਕਹਿੰਦਾ ਨਹੀਂ ਅੰਗਰੇਜ਼ੀ ਆਪਾਂ ਨੂੰ ਭੁੱਲ ਗਿਆ, ਹਾਂ ਐਵੇਂ ਤੈਨੂੰ ਮੈਂ ਕਹੀ ਜਾ, ਉਹ ਬਾਈ ਕਹਿੰਦਾ ਸੱਜਣ ਨੂੰ ਪੁੱਛ ਕੇ ਦੱਸਦਾ ਦੱਸ, ਮੈਨੂੰ ਚੰਗੇ ਸੀਮਨ ਦੀ ਦੱਸੇ ਜਣੇ, ਵਧੀਆ ਕੁਆਲਿਟੀ ਹੈਗੀ ਆ ਬਿਲਕੁਲ, ਆਪਾਂ ਕਹਿ ਲਈਏ ਜਿਵੇਂ ਵੀ ਐਂਡ, ਹਾਂ ਵੀਰੇ ਸਿਰਾ ਕੁਆਲਿਟੀ ਆ ਗਈ, ਹੁਣ ਇਧਰਲੇ ਬੰਨਿਓ ਕਹਿ ਰਹੀ ਇੱਥੋਂ ਤੋਰਾ ਤੂਰਾ ਦਿਖਾ ਦੇ ਬੈੜੀ ਦਾ ਸਾਰੀ ਦਾ, ਹਾਂ ਇਹ ਇੰਨੀ ਕੁ ਨੇੜੇ ਰਿਹਾ, ਇੱਥੋਂ ਦਿਖਾ ਦੇ ਤੋਰਾ ਤੂਰਾ ਜਾ ਕੇ ਲਵੇ ਮਾੜਾ ਜਿਹਾ, ਹੁਣ ਤੋਰਾ ਤੂਰਾ ਕੱਬਾ ਬੈਠਦਾ, ਤੇ ਬਾਕੀ ਤੁਹਾਨੂੰ ਯਾਰ ਇਹਦਾ ਆਡਰ ਆ ਜਿਹੜਾ ਇਹਦਾ ਭਾਂਡਾ ਉਹ ਦੱਸੂਗਾ ਵੀ, ਦੁੱਧ ਦਾ ਯਾਰ ਬਾਈ ਲੇਵ ਹੀ ਦੱਸ ਦਿੰਦਾ ਭਰਾ ਮੇਰਿਆ, ਹਾਂ ਵੀ ਤੁਰਿਆ ਬੈਠ ਤੋ, ਇੱਕ ਹੋਰ ਦੱਸ ਦੇਣਾ ਚੌਰਸ ਲੇਵ ਆ ਜਮਾ, ਹਾਂ ਜਮਾ ਫੀਟਿੰਗ ਦਾ ਫੁੱਲ ਜਮਾ, ਨਾ ਟੁੱਟਮਾ ਨਾ ਫਰਮਾ, ਇੱਕ ਭਰਾ ਜੇਰ ਦਿਖਾ ਦੇ ਭਰਾ ਮੇਰਿਆ, ਸਾਰੇ ਭਰਾ ਇਧਰਲੇ ਬੰਨੇ ਮਾਰਦੇ, ਉਹ ਜੇਰ ਇਹਦੀ ਡਨ ਹੋ ਰਹੀ ਆ, ਸੂਆ ਦੂਜਾ ਇੱਕ ਵਾਰੀ ਫੇਰ ਦੱਸ ਦੇਣਾ ਦੰਦਾਂ 'ਚ 6 ਦੰਦ, 6 ਦੰਦ ਦੰਦ ਪੱਟ ਕੇ ਲੈ ਜਾ ਵੇ ਘਰੋਂ,
ਤੇ ਨਾਲ ਵੀ ਇਹਦੇ ਬੱਚੀ ਆ ਗਈ। ਬੱਸੀ ਬੜੇ ਚੰਗੇ ਸੀਮਨ ਦੇ ਅਨਪੋਟੜ ਐਰ ਸ਼ਹਿਰ ਵਾਂਗੂ ਬੱਸੀ ਦੱਸਦਾ ਜਾਨੀ ਕਿਹੜੇ ਸੀਮਨ ਦੇ ਐਰ ਸ਼ਹਿਰ ਦੇ ਦੱਸਦਾ ਜੀ ਬੰਦਾ ਆਪਣਾ ਤੇ ਛੱਡਦਾ ਮੈਂ ਬੱਚਾ ਦਿਖਾਵਾਂ ਜ਼ਰੂਰ ਦਿਖਾਵਾਂਗੇ ਭਰਾ ਮੇਰੇ ਜੀ ਨੇ ਸਾਰਾ ਵੀ ਬਾਈ ਕਹਿੰਦਾ ਪਹਿਲੀਆਂ ਮਾਰ ਕੇ ਤੁਹਾਨੂੰ ਦਿਖਾਈ ਦੇਵਾਂਗੇ ਇਹੀ ਜੀ ਗੱਲ ਨਹੀਂ ਤੇ ਬੱਚੀ ਆ ਗਈ ਕੁਆਲਿਟੀ ਦੇ ਵਿੱਚ ਪੂਰੀ ਦੇ ਥੱਲੇ ਨਾ ਮਾਰੀ ਬਾਲਟੀ ਜੀ ਮਾਰਦੇ ਸੱਜਣ ਆਪਣੇ ਨਾਰਾਜ਼ਗੀ ਤੈਨੂੰ ਪਤਾ ਥੋੜੀ ਵੱਧ ਕਰਦੇ ਹਨ ਦੇਖੀ ਬਾਈ ਠੰਡੀ ਸੀ ਨਿਆਣਾ ਬਾਈ ਤੂੰ ਕਿਉਂ ਨੀ ਪਾਉਂਦਾ ਨਿਆਣੇ ਬੈਠ ਜ਼ਰੂਰੀ ਨਿਆਣਾ ਪਾਉਂਦੀ ਤਾਂ ਅੱਛਾ ਬੱਕਰੀ ਵਾਲਾ ਕੰਮ ਆਹ ਦੇ ਲੈ ਵੀ ਲੈ ਇਹ ਚੀਜ਼ ਤੂੰ ਮੈਂ ਕਹਿੰਦਾ ਪਹਿਲਾਂ ਚੈੱਕ ਕਰਦਾ ਲੈਣ ਤੋਂ ਨਾ ਨਾ ਬਾਈ ਰੁਪਈਏ ਦੇ ਨੇ ਆਪਾਂ ਵੀ ਲੈ ਕੇ ਆ ਲੈ ਲੈ ਇੱਥੋਂ ਚਵਾਈ ਚਵੂਈ ਚੈੱਕ ਕਰ ਸਕਦੇ ਹੋ ਸੱਜਣੋ ਦੋਵੇਂ ਜਾਣੇ ਬੈਠੇ ਨੇ ਕੋਈ ਸਮੱਸਿਆ ਵਾਲੀ ਗੱਲ ਨਹੀਂ ਮਾਰ ਦਿਓ ਮਾਰ ਦਿਓ ਹਾਂ ਚਵਾਈ ਚਵੂਈ ਹੈਗਾ ਪੰਤਾਲੇ ਵਾਲਾ ਕੰਮ ਹੈ ਚਵਾਈ ਚਵੂਈ ਮੋਟੀ ਆ ਪੂਰੀ ਜਮਾ ਹੈ ਨਾ ਤੇ ਆਰਡਰ ਵੀ ਪੂਰਾ ਠੰਡੀ ਸੀਲ ਵਾਲੀ ਆ ਬਾਈ ਯਾਰ ਕਿੰਨੀ ਸਿਫਤ ਕਹਿੰਦਾ ਉੱਨੀ ਕੋਲ ਆ ਜਾਣਾ ਮੇਰੇ ਕੋਲ ਬਹੁਤ ਬੜਾ ਨੇ ਪਰ ਇਹ ਜੀ ਮੇਰੀ ਪਹਿਲੀ ਵਾਰੀ ਆ ਮੇਰੇ ਕੋਲ ਠੀਕ ਹੈ ਗੱਲ ਆ ਬਿਲਕੁਲ ਅੱਠ ਅੱਠ ਅੰਗਾਂ ਦੇ ਗਾਇਬ ਆ ਵੀਰੇ ਤੇ ਇੱਧਰ ਵੀ ਅੱਠ ਅੱਠ ਅੰਗਾਂ ਦੇ ਗਾਇਬ ਆ ਵੀਰੇ ਬਿਲਕੁਲ ਪੂਰੇ ਫੁੱਲ ਸਾਈਜ਼ ਸਾਨੂੰ ਵਧੀਆ ਦੇ ਵੀਰੇ ਜਿਹਨੂੰ ਟੌਪ ਕੁਆਲਿਟੀ ਕਹਿੰਦੇ ਵੀਰੇ ਆ ਕਰੀਆਂ ਇਹਨੂੰ ਮਾਰੀ ਜਦੋਂ ਜਾਊਗੀ ਆਰਡਰ ਕਿਹੜਾ ਹੋਰ ਦਿਖਾ ਦਈਏ ਲੈ ਇੱਥੇ ਤੋਂ ਆਰਡਰ ਉਡਰ ਚੈੱਕ ਕਰ ਸਕਦੇ ਹੋ ਆਰਡਰ ਹੈਗਾ ਪੂਰਾ ਜਮਾ ਇਹਨੂੰ ਫਿਕਸ ਜੇ ਗੱਲਬਾਤ ਕਰ ਲਈਏ ਇਹ ਬਾਈ ਕਹਿੰਦਾ ਦੇ ਦਾਂਗੇ 70,000 ਦੀ ਜਿੱਡੀ ਆਪ ਉੱਡੇ ਹੀ ਆਰਡਰ ਆ ਦੰਦਾਂ 'ਚ ਹੈਗੀ ਆ 6 ਦੰਦ ਸੂਆ ਦੂਜਾ ਤੇ ਨਾਲ ਵੀ ਜੇ ਗੱਲਬਾਤ ਕਰ ਲਈ ਇਹਦੇ ਸੱਜਣੋਂ ਆ ਗਈ ਬੱਸੀ ਆ ਬੱਸੀ ਯਾਰ ਸਾਰਾ ਬੱਸੀ ਦਾ ਹੂੰ ਤੇ ਚੰਗੇ ਸੀਮਨ ਵੀ ਦੱਸਿਓ ਉਹ ਪੁੱਛ ਕੇ ਦੱਸ ਦਾਂਗੇ ਭਰਾ ਬਾਈ ਕਹਿੰਦਾ ਕਨਫਰਮ ਕਰਕੇ ਦੱਸ ਦਾਂਗੇ ਆਪਾਂ ਕਿਹੜੇ ਸੀਮਨ ਦੀ ਆ ਹਾਂ ਵੀਰੇ ਤੇ ਹੁਣ ਆ ਜਾਓ ਸੱਜਣੋਂ ਫਿਰ ਇੱਧਰ 2 ਨੰਬਰ ਵਾਲੀ ਝੋਟੀ ਵੀਰੇ ਹਰਿਆਣੇ ਦੀ ਆ ਭਰਾ ਮੇਰੇ ਲਿਆਏ ਸੀ ਆਪਾਂ 6 ਭਰਾ ਠੀਕ ਆ ਜੀ ਗੱਲ ਚਾਰ ਕੇ ਖੜੀਆਂ ਨੇ ਮੈਂ ਕਿਹਾ 2 ਵਿੱਚ ਗਾਂ ਦੇ ਵਿੱਚ ਪਾ ਲੈਣੇ ਭਰਾ ਮੇਰੇ ਇਹਦੇ ਤੇ 9 ਤੋਂ ਕੱਲ ਦੀ ਸੂਈ ਸੀ 9 ਤੋਂ 10 ਕਿਲੋ ਬੋਲਾ ਸਟਾਰਟ ਆ ਵੀਰੇ ਹਾਂ ਪਹਿਲਾਂ ਤਾਂ ਬੱਚੇ ਹੀ ਖੜਾ ਕਰਦੇ ਕਹਿੰਦੇ ਨਾੜੂਆ ਦਿਖਾ ਦੇ ਪਹਿਲਾਂ ਮੰਗਰ ਕੱਟੀ ਆ ਹਰਿਆਣੇ ਦੇ ਸਰਕਾਰੀ ਸੀਮਨ ਦੀ ਕੱਟੀ ਆ ਵੀਰੇ ਨਾੜੂ ਤੇ ਕਰ ਲਾ ਜਮਾ 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 ਕਲੀਅਰ ਕੋਲੇ ਕਰ ਲਾ ਭਰਾ ਮੇਰੇ ਜ਼ੂਮ ਕਰਕੇ ਸਾਹ ਦੇ ਬੋਲੇ ਬੋਲੇ ਚੋ ਸਾਫ ਆ ਬਾਈ ਕਹਿੰਦਾ ਇਸ ਟਾਈਮ ਬਾਡੀ ਬੂਡੀ ਦੀ ਵੀ ਚੰਗੀ ਆ ਕੱਦ ਵਿੱਢ ਵੀ ਚੰਗਾ ਤੇ ਉੱਤੇ ਚੜਾਈ ਚੜੂਈ ਵੀ ਝੋਟੀ ਦੀ ਚੰਗੀ ਆ ਤੇ ਬਾਕੀ ਮੇਨ ਗੱਲ ਆ ਜਿਹੜੀ ਆ ਗਈ ਤੇ ਰੰਗ ਬਾਕੀ ਬਸ ਬਾਈ ਇਹਦਾ ਪਸ਼ੂ ਹਰਿਆਣੇ ਦਾ ਰੰਗ ਤਾਂ ਨਹੀਂ ਪਤਾ ਲੱਗਦਾ ਬਾਈ ਦੱਸ ਉਹ ਨਹੀਂ ਦੱਸਣਾ ਨਾ ਦੂਰ ਪਤਾ ਲੱਗਣਾ ਵੀ ਰੰਗ ਹਰਿਆਣੇ ਵਾਲੀ ਗੁੱਜੀ ਆ ਗੱਲਬਾਤ ਆ ਸੂਆ ਆ ਗਈ ਦੂਜਾ ਤੇ ਰੰਗ ਰੂਪ ਦੀ ਚੰਗੀ ਆ ਜਿਹੜਾ ਜਮਾ ਜੈਡ ਬਲੈਕ ਆ ਭਰਾ ਮੇਰੇ ਕੱਲੀ ਪੂਛ ਚਿੱਟੀ ਆ ਮਾੜੀ ਥੱਲੋਂ ਸਾਰੀ ਜੈਡ ਬਲੈਕ ਕੋਈ ਗੱਲ ਬੱਚੇ ਕਰਕੇ ਅੰਦਰ ਲੈ ਚਲ ਗਿਆ ਨਹੀਂ ਥੋੜਾ ਜਿਹਾ ਬੱਚੇ ਕਰਕੇ ਥੋੜਾ ਕਰਦੇ ਬੱਚੇ ਦਾ ਕਰਦੇ ਆ ਨਾ ਕੋਈ ਗੱਲ ਨਹੀਂ ਤਾਜੀ ਸੂਈ ਨਾ ਫਿਰ ਆ ਸੂਆ ਦੂਜਾ ਬਾਡੀ ਬੂਡੀ ਦੀ ਚੰਗੀ ਆ ਤੇ ਬਾਕੀ ਨਵੇਂ ਹਾਣ ਚ ਅਜੇ ਗੱਲਬਾਤ ਕਰਦੇ ਹਾਂ ਦੂਜਾ ਸੂਆ ਵੀਰੇ ਪਿਓਰ ਥਾਂ ਥੋਣ ਬਹੁਤ ਸੋਹਣਾ ਲੱਗਾ ਇੱਕ ਚਵਾਈ ਇੱਕ ਨੰਬਰ ਆ ਠੀਕ ਆ ਗੱਲ ਆ ਬੋਚ ਕੇ ਲੈ ਚੱਲ ਕੋਈ ਗੱਲ ਨਹੀਂ ਤੇ ਬੌਲੇ ਚੋਂ ਆ ਗਈ ਸਾਫ ਜਮਾ ਸਾਫ ਚਵਾਈ ਚਵੂਈ ਦੀ ਕਿਵੇਂ ਚਵਾਈ ਦੀ ਇੱਕ ਧਾਰਾ ਮਾਰ ਦਿੰਦੇ ਨੇ ਭਰਾ ਠੀਕ ਆ ਗੱਲ ਇਹਦੀਆਂ ਵੀ ਧਾਰਾਂ ਦਿਖਾ ਦਾਂਗੇ ਮਾਰ ਕੇ ਹਾਂ ਆ ਬਾਈ ਕਹਿੰਦਾ ਧਾਰਾਂ ਇਹਦੀਆਂ ਵੀ ਦਿਖਾ ਦਾਂਗੇ ਮਾਰ ਕੇ ਤੇ ਥਾਂ ਥੋਣ ਲੱਗਿਆ ਝੋਟੀ ਨੂੰ ਚੰਗਾ ਜੇ ਗੱਲਬਾਤ ਕਰ ਲਈ ਉੱਤੋਂ ਬਾਡੀ ਬੂਡੀ ਦੀ ਵੀ ਚੰਗੀ ਆ ਤੇ ਪੁੰਜੜ ਪਾਂਜੜ ਵੀ ਜੇ ਗੱਲਬਾਤ ਕਰ ਲਈ ਥੋੜਾ ਜੀ ਵਾਈਟ ਆ ਗਿਆ ਆ ਇੱਥੋਂ ਥਣ ਥਣ ਦਿਖਾ ਦੇ ਥਣ ਥਣ ਚੰਗਾ ਲੱਗਿਆ ਦੁੱਧ ਕਿੰਨਾ ਕੁ ਪਾ ਦੂੰ ਚੰਗਾ ਰਹੀ ਬਈ 14 ਕਿਲੋ ਦੁੱਧ ਕੱਢਾ ਹੈਗਾ ਭਲੂਣ ਦਾ ਠੀਕ ਆ ਗੱਲ
14 ਮੰਨ ਕੇ ਲੈ ਲਓ ਤਾਂ ਵੱਧ ਕੱਢੂ ਵੀਰੇ ਥਾਣ ਲੇਵੇ ਦੇ ਜਿਹੜੇ ਹਿਸਾਬ ਨਾਲ ਥਾਣ ਲੇਵਾ ਵੀਰੇ ਥਾਣ ਲੇਵਾ ਐਨ ਬਣਾਉਂਦੀ ਹੈ ਨਾ ਤੂੰ ਬਾਹਰ ਚੰਗਾ ਬਣਾਉਂਦੀ ਅੱਜ ਬੋਲੇ ਤੋਂ ਸਾਫ ਹੈ ਤੇ ਬਾਕੀ ਜਿਵੇਂ ਜਿਵੇਂ ਸਰ ਨੂੰ ਗੱਲ ਇੱਕ ਹੋਰ ਦੱਸ ਦੇਣਾ ਹੁਣ ਜਿਵੇਂ ਜਿਵੇਂ ਜਾਨਵਰ ਦੁੱਧ ਤੇ ਆਉਂਦਾ ਉਵੇਂ ਉਵੇਂ ਆਰਡਰ ਥੱਲਿਓਂ ਫਸਣ ਲੱਗ ਗਿਆ ਉਵੇਂ ਫਸਦਾ ਪੜਿਓ ਵੀਰੇ ਹਾਂ ਉਵੇਂ ਉਵੇਂ ਆਰਡਰ ਦਾ ਫਸਦਾ ਤੁਰਿਆ ਜਾਊ ਮੇਨ ਗੱਲ ਹੁੰਦੀ ਆ ਸਭ ਤੋਂ ਸੁਭਾਅ ਦੀ ਯਾਰ ਜਾਨਵਰ ਦਾ ਸੁਭਾਅ ਬਾਹਰ ਦਾ ਸੁਭਾਅ ਦੀ ਵੀਰੇ ਤੇ ਨਾਲ ਵੀ ਇਹਦੇ ਕੱਟੀ ਆ ਗਈ ਕੱਟੀ ਆ ਗਏ ਸੀਮਨ ਦੀ ਆ ਸਰਕਾਰੀ ਸੀਮਨ ਦੀ ਆ ਵੀਰੇ ਮਾਲਕ ਨੇ ਦੱਸਣ ਦੇ ਮੁਕਾਬਲੇ ਸਰਕਾਰੀ ਸੀਮਨ ਦੀ ਆ ਹਾਂਜੀ ਹਾਂਜੀ ਆਹ ਤਾਂ ਬੰਦੇ ਬੱਚਾ ਬੰਨੇ ਥਣ ਥੁਣ ਤੁਹਾਨੂੰ ਦਿਖਾ ਦੇਣਾ ਥਣ ਥੁਣ ਝੋਟੀ ਕਰਦੀ ਆ ਚੰਗਾ ਹੀ ਗੱਲ ਨਹੀਂ ਚਵਾਈ ਚਵੂਈ ਦੀ ਵੀ ਇੱਕ ਨੰਬਰ ਹੋਊਗੀ ਜਿਹੜੇ ਹਿਸਾਬ ਨਾਲ ਥਣ ਥੁਣ ਕੱਢਿਆ ਨੇ ਸੂਆ ਹੈਗੀ ਆ ਦੂਜਾ ਤੇ ਨਾਲ ਹੈਗੀ ਆ ਕੱਟੀ ਕੱਲ ਦੀ ਸੂਈ ਆ ਜੇਰ ਜੂਰ ਡਨ ਹੋ ਗਈ ਜਾ ਜਾ ਬਿਲਕੁਲ ਡਨ ਆ ਵੀਰੇ ਤੇ ਇੱਕ ਹਰਿਆਣੇ ਵਾਲੀ ਖਾਸ ਹੀ ਤੁਸੀਂ ਸੁਣੋ ਗਈਆਂ ਵਾਲਾ ਕੰਮ ਹੀ ਹੁੰਦਾ ਨਾ ਬਈ ਜਰਾ ਇਹਦਾ ਵੀ ਗਾਂ ਵਾਲਾ ਸਿਸਟਮ ਆ ਥੋੜਾ ਪਛਾਣ ਹੋ ਕੇ ਦਿਖਾ ਦੇ ਗਿਆਰੀ ਚਵਾਈ ਚਵੂਈ ਤਾਂ ਹੈਗੀ ਆ ਓਕੇ ਦੀ ਰਿਪੋਰਟ ਆ ਬੰਦੇ ਦਿਖਾ ਦੇ ਦੋਨੇ ਬੈਠੇ ਆ ਦੋਨੇ ਬੰਦੇ ਦੋਨਾਂ ਪਾਸੇ ਬਹਿ ਕੇ ਚਾਹੁੰਦੇ ਨੇ ਇਹਦਾ ਵੀ ਗਾਂ ਵਾਲਾ ਸਿਸਟਮ ਹੀ ਆ ਜਿਵੇਂ ਗਾਵਾਂ ਹੁੰਦੀਆਂ ਨੇ ਚਵਾਈ ਚਬੂਈ ਦੀ ਫੋਕੀ ਆ ਜਮਾ ਇੱਕ ਨੰਬਰ ਆ ਵੀਰੇ ਦਾ ਇਹਦੇ ਪੈਸੇ ਦੱਸਦੇ ਹੁਣ ਚਵਾਈ ਚਬੂਈ ਧਾਰਾਂ ਧੂਰਾਂ ਤੋਂ ਔਖੀ ਰਿਪੋਰਟ ਨੇ ਪੈਸੇ ਕਿੰਨੇ ਲਵਾਂਗੇ ਇਹਦੇ ਮੁੱਲ 95 ਕਰੋੜ 96 ਕਰੋੜ 92 ਦੀ ਦੇ ਦਾਂਗੇ ਭਰਾ ਮੇਰੇ ਇਹ ਕੱਟੀ ਬਾਈ ਕਹਿੰਦਾ ਸੂਆ ਦੂਜਾ ਤੇ ਆਪਾਂ ਦੇ ਦਾਂਗੇ ਕਹਿੰਦਾ 92,000 ਥਣ ਥਣ ਦੇ ਗੁਰੂ ਕਿਵੇਂ ਕੱਢਿਆ ਬਾਈ ਇੱਕ ਨੰਬਰ ਥਾਣਾ ਥਣ ਥਣ ਦਿਖਾ ਦੇ ਨੇੜੇ ਲਾ ਕੇ ਐਨ ਬਣਾਇਆ ਜਮਾ ਇੱਕ ਨੰਬਰ ਥਣ ਗੁੱਲੇ ਵਾਲਾ ਕੱਢਿਆ ਵੀਰੇ ਪਿਓਰ ਤੇ ਚਵਾਈ ਚਬੂਈ ਦੀ ਵੀ ਚੰਗੀ ਆ ਜਿਹਾ ਇੱਕ ਨੰਬਰ ਆ ਵੀਰੇ ਚਵਾਈ ਦੀ ਦਿਖਾ ਰਹੀ ਇੱਥੋਂ ਦੋ ਨੇੜੇ ਲਾ ਕੇ ਕਹਿੰਦੀ ਆਰਡਰ ਇੱਕ ਨਾ ਦੋ ਨਾ ਨਾਗਰ ਵੀ ਨੇ ਭਰਾ ਮੇਰਿਆ ਨਾਗਰ ਵੀ ਕੱਟੀ ਆ ਜੀ ਪਾਲ ਇਹਦੇ ਕੱਟੀ ਆ ਇੱਕ ਨਾਲ ਇੱਕ ਨਗੀਨਾ ਫਰੀ ਸਭ ਤੋਂ ਵੱਡੀ ਗੱਲ ਯਾਰ ਜਿਵੇਂ ਕਈ ਸੱਜਣ ਮੈਂ ਪਹਿਲਾਂ ਕਹਿੰਦਾ ਹੁੰਦਾ ਵੀ ਕਹਿੰਦੇ ਗੁਰੀ ਯਾਰ ਆਇਆ ਨਾ ਕਿਹਾ ਕਰ ਵੀ ਦੁੱਧ ਕਿਲੋ 2 ਕਿਲੋ ਘੱਟ ਦੇ ਦੇ ਕਿਉਂਕਿ ਮੈਂ ਕਹੂੰਗਾ ਵੀ ਯਾਰ ਦੁੱਧ ਚ ਇਹ ਕਿਲੋ ਘੱਟ ਦੇ ਦੇ ਪਰ ਇਹਦੇ ਦੁੱਧ ਮੇਰੇ 14-15 ਕਿਲੋ ਇਹਦਾ ਪਾਉਣ ਦਾ ਹੱਕ ਜਿਹੜੇ ਸੰਦਾਸੀਲ ਹੋਵੇ ਯਾਰ ਸੰਦਾਸੀਲ ਤਾਂ ਆਪਾਂ ਆਪਣੇ ਇੰਦਰੀਆਂ ਮੈਂ ਸਾਨੂੰ ਨਹੀਂ ਪਾ ਨਹੀਂ ਵਿਚਵਾਉਂਦੀ ਬਹਿ ਕੇ ਹਾਂ ਠੀਕ ਹੈ ਹਰਿਆਣੇ ਦੀ ਤਾਂ ਬਸ ਆਹੀ ਖਾਸੀਅਤ ਆ ਮੈਂ ਦੀ ਵੀਰੇ ਕਿੰਨਾ ਰੇਟ ਦੱਸਿਆ ਦਾ ਯਾਰ ਰੇਟ ਵੀਰੇ 92 ਦੀ ਦੇ ਦਾਂਗੇ ਮੁੱਲ 95 ਕਰੋੜ ਲੱਖ ਇਹ ਬਾਈ ਕਹਿੰਦਾ ਦੇ ਦਾਂਗੇ 92,000 ਦੀ ਸੂਆ ਦੂਜਾ ਨਵਾਂ ਹਾਣਾ ਤੇ ਹੁਣ ਇੱਧਰ ਲਿਆ ਗਿਆ ਜੀ ਆ ਟਰੱਕ ਤੇ ਮਾਰ ਦਿਓ ਆ ਛੋਟੇ ਪਹਿਲਾਂ ਤਾਂ ਨਾੜੀ ਦਿਖਾ ਦਿਆ ਬਾਡੀ ਵਾਲੀ ਸਾਰੇ ਸਰੀਰ ਦੇ ਵੀਰੇ ਤੇ ਪਛਾਣ ਹੋ ਕੇ ਦੀ ਹੁਣ ਫੇਸ ਕੁਆਲਿਟੀ ਸਾਰੀ ਬਾਡੀ ਦਿਖਾ ਦੇ ਪਿਓਰ ਦੂਜਾ ਸੂਆ ਵੀਰੇ ਲੱਗਦੀ ਛੋਟੇ ਹਾਥੀ ਵਾਂਗੂ ਛੋਟੇ ਪਲੀ ਵਧੀਆ ਹੁੰਦਾ ਰਹੇਗਾ ਵਧੀਆ ਤੋੜਦੇ ਗਿਆ ਨਹੀਂ ਲੈ ਇਹਨੂੰ ਟਕਾਈ ਜੀ ਨਾ ਤੋੜਦੀ ਸੂਈ ਨੂੰ ਉਹਨੂੰ ਕਹਿ ਦਿਨ ਹੋ ਗਈ ਸੂਈ ਨੂੰ ਵੀਰੇ 7-5 ਦਿਨਾਂ ਚ ਕਿੰਨਾ ਕੁ ਦੁੱਧ ਆ ਹੁਣ ਦੁੱਧ 13-14 ਕਿਲੋ ਹੋਊਗਾ ਤੇ 13 ਕਮਾਨ ਕੇ ਲੈਵੇ ਦੁੱਧ ਤਾਂ ਉਹ ਤਾਂ 15 ਕਿਲੋ ਸੀ ਜਦੋਂ ਆਪਾਂ ਲਿਆਇਆ ਚੱਲ ਸਾਉਂ ਦੇ ਆਏ ਹੋਏ ਨੇ ਆਪਣੇ ਕੋਲੇ ਠੀਕ ਆ ਗੱਲ ਕੋਈ ਖਾਓ ਥੋੜਾ ਸਫਰ ਸੁਫਰ ਮੰਨਿਆ ਥੋੜਾ ਸਫਰ ਮੰਨਿਆ ਖਾਣੇ ਪੀਣੇ ਦਾ ਥੋੜਾ ਦਿੱਕਤ ਮੰਨਦੇ ਨੇ ਪੁੱਛਦਾ ਬਾਕੀ ਯਾਰ ਐਡੀ ਬਾਡੀ ਨੂੰ 15 ਕਿਲੋ ਦੁੱਧ ਕੋਈ ਬਾਲਾ ਵੀ ਨਹੀਂ ਹਨਾ ਮੈਂ 15 ਮੈਂ ਤਾਂ ਚੋ ਕੇ ਲੈ ਕੇ ਆਇਆ ਤੂੰ ਮਜੀ ਤੂੰ ਮੈਂ ਲੈ ਕੇ ਆਇਆ ਕਿਵੇਂ ਇੱਕ ਬੰਨੇ ਭਾਰੀ ਇੱਕ ਨੰਬਰ ਚਵਾਈ ਜੇ ਤੁਹਾਨੂੰ ਦਿਖਾਵਾਂਗੇ ਤਾਂ ਦੂਆ ਮਾਰ ਕੋੜ ਭਾਰ ਭੂਰ ਰਹਿ ਗਈ ਚੱਕਰ ਕੋਈ ਨਹੀਂ ਜੇ ਮੈਂ ਇੱਕ ਨੰਬਰ ਆ ਵੀਰੇ ਉਦਾਂ ਓਕੇ ਦੀ ਰਿਪੋਰਟ ਆ ਬਈ ਚੋ ਕੇ ਲੈ ਕੇ ਜਾ ਬਈ ਜਦੋਂ ਪੀ ਜਨੇ ਵੀਰੇ ਆਪ ਨੂੰ ਠੀਕ ਆ ਗੱਲ ਹਾਂ ਲੈ ਆਰਡਰ ਇਹ ਰੱਖੂਗੀ ਸਟਿਚ ਪਰ ਬਾਡੀ ਬੂਡੀ ਦੀ ਨਾ ਉਤੋਂ ਐਨ ਆ ਗਈ ਲਾਜਵਾਬ ਜਿਵੇਂ ਆਪਾਂ ਕਹਿ ਲਈਏ ਵੱਡੀ ਦਾ ਛੋਟੇ ਹੱਥੀ ਵਾਲਾ ਕੰਮ ਆ ਵੀਰੇ ਇਹਦਾ ਹਾਂ ਐਨ ਨੂੰ ਚਲਾ ਦੇ ਐਨ ਨੂੰ ਚਲਾ ਦੇ ਗਿਆ ਨਹੀਂ ਪਛਾਣ ਤੋਂ ਦਿਖਾ ਦੇ ਗਿਆ ਰੀ ਚਲਾ ਦੇਣ ਦੇ ਐਨ ਨੂੰ ਬਾਡੀ ਬੂਡੀ ਦੀ ਬਾਲੀ ਲਾਜਵਾਬ ਆ ਗਈ ਜਿਵੇਂ ਗੱਲਬਾਤ ਕਰ ਲਈਏ 407 ਜੀ ਜਮਾ ਉਹੀ ਵਾਲਾ ਕੰਮ ਆ ਵੀਰੇ ਇਹਦਾ ਹਾਂ ਇੱਥੇ ਰੋਕ ਲਾ ਡਬਲ ਡਬਲ ਬਹੁਤ ਆ ਹਾਂ ਇੱਥੇ ਇੱਥੋਂ ਦਿਖਾ ਰੋਬ ਰੂਪ ਦਿਖਾ ਇੱਥੋਂ ਫੇਸ ਕੁਆਲਿਟੀ ਤੇ ਰੰਗ ਸੁਰਮੇ ਦੀ ਦਲੀ ਵਰਗਾ ਪਿਆ ਭਰਾ ਮੇਰਾ ਕਾਲਾ ਜਮਾ ਜਮਾ ਕਾਲਾ ਜਮਾ ਜੈਡ ਬਲੈਕ ਭਰਾ ਮੇਰੇ ਹਰਿਆਣੇ ਵਾਲੀ ਖਾਸੀਅਤ ਮੈਂ ਇਹਦੀ ਇਹੀ ਹੁੰਦੀ ਆ ਭਰਾ ਠੀਕ ਆ ਗੱਲ ਜਮਾ ਠੀਕ ਠੰਡੀ ਚਵਾਈ ਦੀ ਜਮਾ ਟੂਟੀਆਂ ਵਰਗੀ ਚਵਾਈ ਆ ਭਰਾ ਮੇਰੇ ਠੰਡੀ ਸੀ ਠੰਡੀ ਗਲੀਆਂ ਕਰਨ ਵਾਲਾ ਸਿਸਟਮ ਹਾਂ ਬਿਲਕੁਲ ਡੰਡੀਆਂ ਗੱਲ ਜਾਨ ਜੂਨ ਚੰਗੀ ਆ ਜੋ ਜਾਨ ਤਾਂ ਫਿਰ ਤੈਨੂੰ ਪਤਾ ਬਹੁੜੇ ਬੱਚੇ ਦੇ ਕਰਦੀ ਇੱਕ ਸਮੀ ਪਲੀ ਆ ਵੀਰੇ ਆ ਬੱਚੇ ਕਰਕੇ ਕਰਦੀ ਆ ਥੋੜਾ ਆ ਲੈ ਆ ਗਿਆ ਨਹੀਂ ਇਹਨੂੰ ਲੈ ਅੰਦਰ ਨੂੰ ਸੂਆ ਦੂਜਾ ਆ ਗਿਆ ਨਾ ਦੂਜਾ ਪਿਓਰ ਸੂਆ ਆ ਗਿਆ ਪਿਓਰ ਦੂਜਾ ਕੁਆਲਿਟੀ ਆ ਗਈ ਚੰਗੀ ਜਿਹੜੀ ਆਪਾਂ ਕਹਿੰਦੇ ਹੁੰਦੇ ਆ ਹਾਂ ਬਿਲਕੁਲ ਬਾਡੀ ਬੂਡੀ ਦੀ ਵੀ ਚੰਗੀ ਆ ਤੇ ਉੱਤੋਂ ਝੋਟੀ ਜੇ ਗੱਲਬਾਤ ਕਰ ਲਈਏ ਸੱਜਣੋ ਬਾਜਨ ਬੂਜਨ ਵੀ ਬਹੁਤ ਆ ਲੈ ਚੱਲੇ 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 ਇੱਥੇ ਬੋਚ ਕੇ ਲੈ ਚੱਲੂ ਬੱਚੇ ਕਰਕੇ ਕਰਦੀ ਆ ਥੋੜਾ ਜਿਹਾ ਉਹ ਬਾਡੀ ਬੂਡੀ ਦੀ ਆ ਗਈ ਲਾਜਵਾਬ ਜੇ ਗੱਲਬਾਤ ਕਰ ਲਈ ਉੱਤੋਂ ਬਾਡੀ ਬੂਡੀ ਬਹੁਤ ਆ ਬਾਡੀ ਦੀ ਚੰਗੀ ਆ ਖਿੱਚੀ ਫਿਰਦੀ ਆ ਗਿਆਨੀ ਨੂੰ ਜਿਵੇਂ ਲੁੱਦਰ ਮਾਰੇ ਜਾਪੀ ਨੂੰ ਖਿੱਚੀ ਫਿਰਦਾ ਹੁੰਦਾ ਹਾਂ ਥੋੜੀ ਜਿਹੀ
ਬਾਹਰੋਂ ਇਕੱਲੀ ਆਈ ਹੋਈ ਹੈ ਭਰਾ ਮੇਰਾ, ਖੁੱਲੀ ਜਰ ਆਈ ਹੋਈ ਆਪਾਂ ਸੋਚੋ ਚੰਗੀ ਇੰਨੀ ਹੱਦੋਂ ਬਾਅਦ ਠੰਡੀ ਦਾ ਬਰਤਨ ਆਪਦੀ ਆ ਆਏ ਨੂੰ ਮਾੜੀ ਜੀ ਲੈ ਆ ਗਿਆਨੀ ਨੂੰ ਖਿੱਚੀ ਫਿਰਦੀ ਦੀ ਜਿਵੇਂ ਮੈਂ ਦੱਸਿਆ ਮਾੜੇ ਜਾਪੀ ਨੂੰ ਲੁੱਦਰ ਕਿਹੜੀ ਸਿੰਗਰ ਦਾ ਆਉਂਦਾ ਕਰਾ ਹਾਂ ਬਿਲਕੁਲ ਬਿਲਕੁਲ ਗੱਲਬਾਤ ਹੋਇਆ ਪਿਆ ਦੀ ਤਾਂ ਹੋਈ ਬੰਨੇ ਮਾੜਾ ਜਾ ਬਾਡੀ ਬੂਡੀ ਦਿਖਾ ਦਈਏ ਦਿਖਾਓ ਦਿਖਾਓ ਭਰਾ ਸਰੀਰ ਤੇ ਜਮਾ ਨਾੜਾਂ ਦੁੱਧ ਵਾਲੇ ਪੀਸ ਦਾ ਨਾੜੇ ਦੱਸ ਦਿੰਦੇ ਭਰਾ ਮੇਰੇ ਫੇਸ ਤੇ ਦੀਆਂ ਹਾਂ ਨਾੜਾਂ ਨੂੜਾਂ ਬਹੁਤ ਨੇ ਬਾਡੀ ਤੇ ਉੱਤੇੋਂ ਯਾਰ ਸਮੀ ਸੁਮੀ ਵੀ ਬਹੁਤ ਹੋਈ ਆ ਹਾਂ ਗੱਲਬਾਤ ਕਰ ਲਈ ਕਿਸੇ ਸੱਜਣ ਨੇ ਐਨ ਸਾਹਮਣੇ ਹੋਇਆ ਪੂਰੀ ਤਾਂ ਇੱਥੇ ਤੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਬਿਲਕੁਲ ਕੁੰਡੇ ਸਿੰਘ ਜਾਗੀ ਬੱਚਾ ਕੀ ਆ ਨਾਲੇ ਦੇ ਨਾਲੇ ਦੇ ਮਾਰ ਕੱਟਾ ਵੀਰੇ ਨਾਲੇ ਦੇ ਬੁੱਲ ਆ ਗਿਆ ਹੈ ਹਾਂ ਬੁੱਲ ਆ ਗਿਆ ਆ ਨਾਲੇ ਦੇ ਬੁੱਲ ਆ ਗਿਆ ਧਾਰਾਂ ਹੀ ਜੇ ਵੀ ਦਿਖਾ ਦੇ ਚਮਕੌਰ ਮਾਰ ਮਾਰ ਦਨ ਧਾਰਾਂ ਨੇ ਵੀਰੇ ਆ ਲੈ ਇੱਥੇ ਤੋਂ ਨਾੜਾਂ ਨੂੜਾਂ ਚੈੱਕ ਕਰ ਸਕਦੇ ਹੋ ਬਾਡੀ ਤੇ ਨਾੜਾਂ ਨੂੜਾਂ ਬਹੁਤ ਨੇ ਤੇ ਮੇਨ ਗੱਲ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਝੋਟੀ ਚੰਗੀ ਸਾਂਭ ਚੋਂ ਆਈ ਹੋਈ ਆ ਸੂਆ ਹੈਗੀ ਆ ਦੂਜਾ ਦੁੱਧ ਬਾਈ ਕਹਿੰਦਾ ਹੈਗਾ ਇਸ ਟਾਈਮ 13 ਕਿਲੋ ਇਹਦੇ ਥੱਲੇ ਤਿਆਰ ਹਾਂਜੀ ਧਾਰਾਂ ਇਹਦੀਆਂ ਵੀ ਦਿਖਾ ਦੇਣਾ ਸੱਜਣੋਂ ਮਾਰ ਕੇ ਤੁਹਾਨੂੰ ਆਪਾਂ ਉੱਥੇ ਬਾਡੀ ਦੇ ਨਸਾਂ ਨੁਸਾਂ ਬਹੁਤ ਨੇ ਤੇਰਾ ਨਸਾਂ ਦਾ ਨਸਾਂ ਨੁਸਾਂ ਤੇ ਮਾਰਦੇ ਕੈਮਰਾ ਮਾਰ ਕੇ ਤੇ ਉੱਤੋਂ ਜਾਨ ਜੂਨ ਵੀ ਬਹੁਤ ਆ ਤੇ ਬਾਕੀ ਧਾਰਾਂ ਧੂਰਾਂ ਵੀ ਆਪਾਂ ਤੁਹਾਨੂੰ ਸੱਜਣੋਂ ਇਹਦੀਆਂ ਵੀ ਦਿਖਾ ਦੇਣਾ ਮਾਰ ਕੇ ਤਿੰਨੇ ਜਾਨਵਰਾਂ ਦੀਆਂ ਮਾਰ ਕੇ ਦਿਖਾ ਦਾਂਗੇ ਕਿਉਂਕਿ ਕਈ ਵਾਰੀ ਕਿਸੇ ਸੱਜਣ ਨੇ ਹਨਾ ਗੱਲਬਾਤ ਕਰ ਲਈ ਜਾਂ ਆਨਲਾਈਨ ਮੰਗਾਉਣਾ ਪਸ਼ੂ ਤੇ ਸਿਸਟਮ ਇਹਦਾ ਵੀ ਚਮਕੌਰ ਗਾਂ ਵਾਲੀ ਆ ਨਾ ਹਾਂ ਚਵਾਈ ਚਬੂਈ ਦੀ ਫੋਕੀ ਆ ਬਿਲਕੁਲ ਉਹ ਦੂਜਾ ਬੱਚਾ ਪਰੇਸ਼ਾਨ ਕਰੀ ਜਾਂਦਾ ਉਹਨੂੰ ਧਾਰਾਂ ਧੂਰਾਂ ਇਹਦੀਆਂ ਵੀ ਦਿਖਾ ਦੀਆਂ ਮਾਰ ਕੇ ਤੁਹਾਨੂੰ ਆਪਾਂ ਨੇ ਚਵਾਈ ਚਬੂਈ ਦੀ ਇਹ ਵੀ ਇੱਕ ਨੰਬਰ ਆ ਗਈ ਜੇ ਗੱਲਬਾਤ ਕਰ ਲਈਏ ਬਾਰਿਆਂ ਨੇ ਆਂਦੇ ਬਸ ਆਹੀ ਖਾ ਜੀ ਤਾਂ ਭਾਈ ਯਾਰਾ ਬਾਈ ਹੋਰ ਕੋਈ ਚੱਕਰ ਨਹੀਂ ਗੱਬਰੀ ਵਾਲਾ ਦੋਨਾਂ ਪਾਸੇ ਬਿਠਾ ਕੇ ਚਵਾਈ ਮਰਜੀ ਉਧਰ ਚੂੜੀ ਦੋਨਾਂ ਪਾਸੇ ਨੇ ਭਰਾ ਵੱਧ ਦੁੱਧ ਵਾਲੀ ਮੈਂ ਹੁਣ 8-9 ਕਿਲੋ ਦੁੱਧ ਡੰਗਰਾ ਕੱਢਦੀ ਹੈ ਵੀ ਛੇਤੀ ਚੋਲ ਨੇ ਭਰੇ ਹਾਂ ਚਵਾਈ ਚਬੂਈ ਦੀ ਹੈਗੀ ਓਕੇ ਦੀ ਰਿਪੋਰਟ ਇੰਨਾ ਟਾਈਮ ਮੈਂ ਖੜਦੀ ਨਹੀਂ ਬਸ ਚਮਕੌਰ ਆ ਚਵਾਈ ਚਬੂਈ ਦੀ ਹੈਗੀ ਓਕੇ ਦੀ ਰਿਪੋਰਟ ਦੁੱਧ ਕਿੰਨਾ ਸਹੀ ਥਲੇ ਇਹ ਥਲੇ ਚੂੜਾ ਦੁੱਧ 15 ਕਿਲੋ ਜੀ ਭਰੇ ਕੱਲ ਥੋੜੇ ਸਫਰ ਦੇ ਵਿੱਚ ਆਇਆ ਹੁਣ 13 ਕਿਲੋ ਦੁੱਧ ਠੀਕ ਹੈ ਕੇ ਚੋਕ ਲੈ ਜਾ ਆਪਣੇ ਘਰੋਂ ਹਾਂ ਇੱਥੇ ਤੋਂ ਨਸਾਂ ਨੁਸਾਂ ਚੈੱਕ ਕਰ ਸਕਦੇ ਹੋ ਬਾਡੀ ਤੇ ਉੱਤੋਂ ਚੜਾਈ ਚੜੂਈ ਬਹੁਤ ਆ ਬਾਡੀ ਦੀ ਬਹੁਤ ਚੰਗੀ ਆ ਤੇ ਆ ਗਈ ਨਵੇਂ ਹਾਣ ਚ ਸੂਆ ਦੂਜਾ ਆ ਗਿਆ ਹਨਾ ਬਾਈ ਹਾਂ ਹਾਂ ਪੈਸੇ ਇਹਦੇ ਚਮਕੌਰ ਕਿਵੇਂ ਕਰਾਂਗੇ ਇਹ ਫੋਨ ਤੇ ਕਰ ਲਾਂਗੇ ਭਰਾ ਮੇਰੇ ਇਹ ਫੋਨ ਤੇ ਕਰ ਲਾਂਗੇ ਬਾਲੇ ਤਾਂ ਨਹੀਂ ਮੰਗਦੇ ਬਾਲੇ ਨਹੀਂ ਮੰਗਦੇ ਭਰਾ ਜਿੰਨੇ ਕੁ ਓਟੂ ਉਹਨੇ ਕੁ ਮੰਗੂਗਾ ਹੈਂ ਕੱਟੀ ਸਿੰਘ ਨਾ ਭਰਾ ਮੇਰੇ ਜਿਵੇਂ ਕੱਟੀ ਹੁੰਦੇ ਭਲੂਣ ਹੈ ਦੂਜਾ ਸੂਆ ਕਹਾਉਂਦੀ ਕੱਟੀ ਆ ਭਲੂਣ ਹਲੇ ਦੇਖੀ ਲੈ ਠੀਕ ਆ ਗੱਲ ਅੱਗੇ ਤੇ ਮਾਂ ਕਈ ਲੱਖ ਮੰਗ ਲੈ ਨਾ ਲੱਖਾਂ ਚ ਨਹੀਂ ਮੰਗਦੇ ਬਾਲੇ ਜ਼ਿਆਦਾ ਅੱਛਾ ਜਿੰਨੇ ਕੁ ਰੁਪਏ ਓਟਦੇ ਉਹਨੇ ਕੁ ਲੈ ਲਾਂਗੇ ਦੁੱਧ ਵੀ ਨਾ ਸੰਦੇ ਸਰੀਰ ਦੇ ਸਾਰੇ ਜਿਹਾ ਬਿਲਕੁਲ ਆ ਠੰਡੀ ਬਰਫ ਵਰਗੀ ਜਿਵੇਂ ਕੋਈ ਬੰਦਾ ਹੁਣ ਬਾਹਰੋਂ ਆ ਜਮਾ ਨਹੀਂ ਉਹ ਕਰਦੀ ਉਪਰ ਆ ਜਾਗਾ ਕਿਵੇਂ ਖੜੀ ਨੇ ਮੋਜਣਾ ਠੀਕ ਆ ਗੱਲ ਉਹ ਨਹੀਂ ਕਰਦਾ ਪੈਸੇ ਦੇ ਚਮਕੌਰ ਕਿੰਨੇ ਲਵਾਂਗੇ ਇਹ ਫੋਨ ਤੇ ਕਰ ਲਾਂਗੇ ਭਰਾ ਮੈਂ ਲੋਡੀ ਮੰਗਾਂਗੇ ਫੋਨ ਤੇ ਕਰ ਲਾਂਗੇ ਤੂੰ ਤਾਂ ਲੱਖ ਤੋਂ ਬਾਹਰ ਵਾਲੀ ਆ ਭਰਾ ਮੇਰਾ ਠੀਕ ਆ ਗੱਲ ਹੁਣ ਉਹੀ ਲਾਵੇ ਜਿਹੜਾ ਲੱਖ ਤੋਂ ਬਾਹਰ ਵਾਲਾ ਠੀਕ ਆ ਗੱਲ ਹੁਣ ਆਪਣੀ ਵੀ ਦੱਸਦੇ 80 ਦਾ ਨਾ ਲਾਵੇ 80 ਦਾ ਲਾਉਣ ਦਾ ਫਾਇਦਾ ਨਹੀਂ ਬਈ ਯਾਰਾ ਠੀਕ ਆ ਗੱਲ ਲੱਖ ਤੋਂ ਬਾਹਰ ਵਾਲੀ ਨੰਬਰ ਬੋਲ ਦੋ ਜੀ ਨੰਬਰ 97947 75 46 ਵੀਰੇ ਇੱਕ ਵਾਰੀ ਫਿਰ ਬੋਲੋ 97947 75 46 ਵੀਰੇ ਲੈ ਸੱਜਣੋ ਅੱਜ ਚਮਕੌਰ ਦੇ ਘਰੋਂ ਦੋ ਝੋਟੀਆਂ ਦਿਖਾਈਆਂ ਦੂਜਾ ਸੂਆ ਦੋਹਾਂ ਪਾਸੇ ਬਹਿ ਕੇ ਚਬਾਉਂਦੀਆਂ ਤੇ ਇੱਕ ਦਿਖਾਈਆ ਆ ਬੱਚੀ ਤਾਜੀ ਸੂਈ ਤੇ ਨਾਲ ਵੀ ਇਹਦੇ ਬੱਚੀ ਆ 6 ਦੰਦ ਆ ਗਈ ਤੇ ਬਾਕੀ ਨਾ ਤਿੰਨੇ ਨਗਾ ਚੋਂ ਜਿਹੜਾ ਵੀ ਨਗ ਤੁਹਾਨੂੰ ਪਸੰਦ ਆਊਗਾ ਬਾਈ ਚਮਕੌਰ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਖਰੀਦ ਲਿਓ ਧੰਨਵਾਦ ਜੀ।